بسم اللہ الرحمن الرحیم، السلام علیکم ناظرین۔ ناظرین تہانوں پتہ ہے جس طرح پنجاب دیاں سوہنیاں رونقاں نے اور پنجاب دے مختلف شہراں دے وچ مخصوص قسم دی ایک فروغ دتا جاندا ہے ایک چیز نو، اسی طرح ہی اگر منڈی بہاوالدین دی گل کیتی جائے تے ایتھے سب تو زیادہ فروغ دتا جاندا ہے شیلر نو یا رائس تو ریلیٹڈ جنے وی بزنس نے انہاں نو۔ سو ایتھے جنے وی بزنس مین نے او رائس یا شیلر تو ریلیٹڈ ہی بزنس کرنا پسند کردے نے۔ اج جڑی شخصیت ساڈے نال موجود نے او پاکستان پیپلز پارٹی دے بہت وڈے جیلے نے، سینئر رہنما وی نے، 1972 تقریباً پاکستان پیپلز پارٹی دا حصہ نے اور 7185 تو لے کے او بھٹو صاحب دا جڑا فسٹ الیکشن ہویا سی او دے چ وی انہاں نے انہاں دی سپورٹ کیتی اور نظریاتی رہنما نے۔ تے آو اج تہاڈی ملاقات اسی چوہدری محمد زمان صاحب نال کروانے ہاں جڑے عدنان رائس مل دے آنر وی نے، اور عدنان رائس مل چونکہ جس طرح میں تہاڈے نال ذکر کیتا ہے کہ منڈی بہاوالدین دی ایک خصوصیت ہے کہ اتھے سب تو زیادہ چاول دا بزنس کیتا جاندا، لہٰذا چلو آو پوچھنے ہاں انہاں نوں کہ وقت دے بہاؤ نوں ویکھدے ہاں کافی لوگ پارٹیاں بدل گئے تے تسی اجے وی پیپلز پارٹی نالوں۔ السلام علیکم جی۔ جی وعلیکم السلام۔ ہاں جو سر، سب تو پہلا سوال ہی میرا ہے وے کہ جس طرح تسی بھٹو صاحب دے جیلے اور پاکستان پیپلز پارٹی دا حصہ ہو، 1970 تو لے کے تسی تقریباً انہاں دے نال نظریاتی رہنما ہو، وقت دے بہاؤ نال تبدیلی دے نعرے کافی سن تے تسی پھر وی نہیں بدلے؟ جی نہیں، نہیں بدلے۔ ਅਸੀਂ ਇਨਸ਼ਾਅੱਲਾ ਜਿੰਨਾ ਚਿਰ ਜ਼ਿੰਦਗੀ ਬਾਕੀ ਹੈ ਫਿਰ ਵੀ ਇਹਨਾਂ ਦਾ ਹੀ ਸਾਥ ਦੇਣਾ, ਇਸ ਤੋਂ ਇਲਾਵਾ ਅਸੀਂ ਕਿਸੇ ਦਾ ਸਾਥ ਨਹੀਂ ਦੇਣਾ। ਬਿਲਕੁਲ ਸਹੀ। ਅਗਰ ਜੋ ਸਰ ਪੀਪਲਸ ਪਾਰਟੀ ਦੇ ਗ੍ਰਾਫ ਦੀ ਜਾਂ ਸ਼ਰ੍ਹਾਂ ਦੀ ਗੱਲ ਕੀਤੀ ਜਾਏ ਤਾਂ ਕਿੰਨੇ ਪਰਸੈਂਟ ਤੁਹਾਨੂੰ ਲੱਗਦਾ ਕਿ ਮੰਡੀ 'ਚ ਪੀਪਲਸ ਪਾਰਟੀ ਦਾ ਵਜੂਦ ਹੈ? ਜੀ ਅਰਜ਼ ਇਹ ਕਿ ਬਹੁਤ ਕਾਫੀ ਲੋਕ ਨੇ ਪੀਪਲ ਪਾਰਟੀ ਦੇ, ਲੇਕਿਨ ਵਕਤ ਦੇ ਮੁਤਾਬਕ ਪਿੱਸੇ ਜਾਂਦੇ ਨੇ। ਜੀ ਜੀ। ਜਿਵੇਂ ਪਿੱਸ ਜਾਂਦੇ ਨੇ ਉਸ ਥੱਲੇ ਦੱਬ ਜਾਂਦੇ ਨੇ, ਜੇ ਵੀ ਇਹਨਾਂ ਨੂੰ ਕੋਈ ਥੋੜ੍ਹਾ ਜਿਹਾ ਵੀ ਸਪੋਰਟ ਮਿਲਿਆ ਨਾ ਜੀ ਹਕੀਕਤ ਦੀ, ਉਸੇ ਉੱਭਰ ਆਉਂਦੇ ਨੇ। ਸਹੀ ਸਹੀ। ਹਕੀਕਤ ਵਿੱਚ ਬਹੁਤ ਲੋਕ ਨੇ, ਲੇਕਿਨ ਸਿਆਣਪ ਦੀ ਵਜ੍ਹਾ ਨਾਲ ਜਾਂ ਵਕਤ ਨੂੰ ਗੁਜ਼ਾਰਨ ਦੀ ਵਜ੍ਹਾ ਨਾਲ, ਕਿਉਂਕਿ ਬਹੁਤ ਬਹੁਤ ਲੋਕ ਇੱਥੇ ਸਖਤੀਆਂ ਬਹੁਤ ਬਹੁਤ ਜ਼ਲਾਲਤਾਂ ਕਰਦੇ ਨੇ, ਜਿਹਦੇ ਨਾਲ ਗਰੀਬ ਆਦਮੀ ਜਿਹੜਾ ਦੱਬ ਜਾਂਦਾ। ਬਿਲਕੁਲ ਸਹੀ। ਹਾਂ, ਪਿਸਣ ਦੀ ਵਜ੍ਹਾ ਨਾਲ ਫਿਰ ਇੱਕ ਪਿਸਦਾ ਜੀ, ਫਿਰ ਦੂਜਾ ਜਿਹੜਾ ਉਹਨੂੰ ਵੇਖ ਕੇ ਤੇ ਉਹ ਕਹਿੰਦਾ ਯਾਰ ਚੁੱਪ ਕਰ ਜਾ, ਵਜ੍ਹਾ ਨਾਲ ਬਿਹਤਰ। ਬਿਲਕੁਲ ਸਹੀ। ਜੋ ਸਭ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਪਾਕਿਸਤਾਨ ਦੀ ਅਗਰ ਸਾਲਮੀਅਤ ਦੀ ਗੱਲ ਕੀਤੀ ਜਾਏ ਤੇ ਪਾਕਿਸਤਾਨ ਦੇ ਆਗਾਜ਼ ਤੋਂ ਲੈ ਕੇ ਜਦੋਂ ਭੁੱਟੋ ਸਾਹਿਬ ਨੇ ਆਪਣੀ ਸਿਆਸਤ ਦਾ ਆਗਾਜ਼ ਕੀਤਾ ਤਾਂ ਭੁੱਟੋ ਸਾਹਿਬ ਦਾ ਵੀ ਦੌਰ, ਪਾਕਿਸਤਾਨ ਮੁਸਲਿਮ ਲੀਗ ਦਾ ਵੀ ਦੌਰ ਜਿਹਦੇ 'ਚ ਨੂਨ ਅਤੇ ਕਾਫ ਹੋਣ ਅਲੈਦਾ ਹੋ ਗਏ ਸਨ ਕੁਝ ਟਾਈਮ ਤੋਂ, ਅਤੇ ਇਸੇ ਤਰ੍ਹਾਂ ਹੀ ਅਗਰ ਪਾਕਿਸਤਾਨ ਤਹਿਰੀਕ ਇਨਸਾਫ਼ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਪੀਪਲਸ ਪਾਰਟੀ ਦਾ ਦੌਰ ਕੈਸਾ ਸੀ? ਸਰ ਅਰਦੇ ਕਿ ਵੇਖੋ ਜੀ, ਅੱਜ ਬੰਦੇ ਬਹੁਤ ਮਜਬੂਰ ਹੋ ਗਏ। ਬਿਲਕੁਲ। ਹਕੀਕਤ ਵਿੱਚ ਮਜਬੂਰ ਹੋ ਗਏ ਨੇ। ਮੈਂ ਕਿਸੇ ਪਾਰਟੀ ਨੂੰ ਮੱਦੇ ਨਜ਼ਰ ਰੱਖਦੇ ਹਾਂ ਗੱਲ ਨਹੀਂ ਕਰ ਰਿਹਾ। ਪੀਪਲ ਪਾਰਟੀ ਜਦੋਂ ਵਜੂਦ 'ਚ ਆਈ ਹੈ ਉਦੋਂ ਅਸੀਂ ਬਿਲਕੁਲ ਹੀ ਜੀ ਜ਼ਮੀਨਾਂ ਹਿੱਸੇ 'ਤੇ ਵਾਹਣ ਵਾਲੇ ਗਰੀਬ ਲੋਕ ਖਸਾਰੇ ਵਿੱਚ ਸੀ। ਭੁੱਟੋ ਸਾਹਿਬ ਦੇ ਆਉਣ ਦੀ ਵਜ੍ਹਾ ਨਾਲ ਹੀ ਬਾਹਰ ਦੇ ਮੁਲਕ ਖੁੱਲ੍ਹੇ, ਭੁੱਟੋ ਸਾਹਿਬ ਦੇ ਆਉਣ ਦੀ ਵਜ੍ਹਾ ਨਾਲ ਹੀ ਸਾਨੂੰ ਸਰਮਾਇਆ ਨਜ਼ਰ ਆਉਣ ਲੱਗ ਪਿਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਅੱਜ ਵੀ ਹਕੀਕਤ ਵਿੱਚ ਜਿਹੜਾ ਇੱਥੇ ਜ਼ਿੰਮੇਦਾਰ ਦਾ ਹਾਲ ਹੈ ਜਾਂ ਜੋ ਕੋਈ ਕਾਰੋਬਾਰ ਦਾ ਹਾਲ ਹੈ, ਜੇ ਬਾਹਰੋਂ ਪੈਸਾ ਨਾ ਆਵੇ ਤਾਂ ਸਾਡਾ ਵਕਤ ਨਹੀਂ ਪਾਸ ਹੋ ਸਕਦਾ, ਪੂਰੇ ਮੁਲਕ ਦਾ ਨਹੀਂ ਹੋ ਸਕਦਾ। ਬਿਲਕੁਲ ਐਸੇ ਹੀ। ਅੱਗੇ ਖੁਦਾ ਨੂੰ ਪਤਾ ਜੀ ਕੀ ਹੋਣਾ ਕੀ ਨਹੀਂ ਹੋਣਾ। ਬਿਲਕੁਲ ਸਹੀ। ਜੋ ਸਭ ਜਿਸ ਤਰ੍ਹਾਂ ਤੁਸੀਂ ਬੜੇ ਜਿਆਲੇ ਹੋ ਪਾਕਿਸਤਾਨ ਪੀਪਲਸ ਪਾਰਟੀ ਦੇ, ਅਗਰ ਗੱਲ ਕੀਤੀ ਜਾਏ ਮੋਹਤਰਮਾ ਬੇਨਜ਼ੀਰ ਭੁੱਟੋ ਦੀ ਤੇ ਬਿਲਾਵਲ ਦੀ, ਤੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਮੋਹਤਰਮਾ ਇੱਕ ਕੰਪੀਟੈਂਟ ਹਤੂਨ ਸਨ ਔਰ ਪੂਰੀ ਦੁਨੀਆ ਜਿਹੜੀ ਉਹਨਾਂ ਤੇ ਮਤਲਬ ਫਖਰ ਮਹਿਸੂਸ ਕਰਦੀ ਔਰ ਪਾਕਿਸਤਾਨ ਦੇ ਵਾਸਤੇ ਬਹੁਤ ਵੱਡਾ ਫਖਰ ਸਨ, ਇਸੇ ਤਰ੍ਹਾਂ ਹੀ ਕੀ ਬਿਲਾਵਲ ਭੁੱਟੋ ਵੀ ਨੇ? ਸਰ ਜੀ, ਦੁਨੀਆ ਉੱਤੇ ਹਰ ਬੰਦੇ ਦਾ ਨਜ਼ਰੀਆ ਕਿ ਮੈਂ ਕਰੋੜਾਂਪਤੀ ਹੋ ਜਾਵਾਂ, ਮੈਂ ਖਰਬਾਂਪਤੀ ਹੋ ਜਾਵਾਂ, ਮੈਂ ਇੰਨਾ ਸਰਮਾਇਆ ਮੇਰੇ ਕੋਲ ਹੋ ਜਾਏ, ਮੇਰੀ ਐਰੋਬ ਹੋ ਜਾਏ, ਮੇਰਾ ਟੋਰ ਹੋ ਜਾਏ, ਉਹ ਭੁੱਟੋ ਤੋਂ ਲੱਗ ਕੇ ਉਹਨਾਂ ਦੀ ਔਲਾਦ ਤੱਕ ਉਹਦੇ ਅੱਗੇ ਸਰਮਾਇਆਦਾਰ ਨੇ, ਉਹਦੇ ਅੱਗੇ ਕਰੋੜਾਂ ਖਰਬਾਂ ਦੀਆਂ ਉਹਨਾਂ ਜਾਇਦਾਦਾਂ ਨੇ, ਉਹਨਾਂ ਦੇ ਤਾਂ ਰੇਲਵੇ ਸਟੇਸ਼ਨ ਆਪਣੇ ਨੇ, ਉਹਨਾਂ ਦੇ ਪਿੰਡ ਦੇ ਪਿੰਡ ਆਪਣੇ ਨੇ। ਉਹਨਾਂ ਨੂੰ ਛੜਾ ਇੱਕ ਸ਼ੌਕ ਸੀ ਕਿ ਗਰੀਬ ਆਦਮੀ ਦੀ ਮਦਦ ਕੀਤੀ ਜਾਏ, ਗਰੀਬ ਆਦਮੀ ਦੀ ਰਹਿਨਮਾਈ ਕੀਤੀ ਜਾਏ, ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਲਾਲਚ ਨਹੀਂ ਸੀ। ਉਹਨੂੰ ਲਾਲਚ ਹੁੰਦਾ ਤਾਂ ਉਹਨਾਂ ਦੀ ਜਾਇਦਾਦ ਦੀ ਇੰਨੀ ਕੋਈ ਗਈ ਜਿਹਦਾ ਕੋਈ ਹਿਸਾਬ ਨਹੀਂ, ਉਹਨਾਂ ਨੂੰ ਨਵੀਂ ਜਾਇਦਾਦ ਦੀ ਕਿਹੜੀ ਲੋੜ ਸੀ? ਬਿਲਕੁਲ ਸਹੀ। ਬਾਕੀ ਰਹਿ ਗਿਆ ਜੀ ਚੰਦ ਗੱਲਾਂ ਹੁੰਦੀਆਂ ਨੇ, ਇੱਕ ਬਾਤਾਂ ਹੁੰਦੀਆਂ ਨੇ, ਬਾਹਰ ਸਾਰੇ ਇਕਤਦਾਰ ਆ ਕੇ ਨਾ ਜੀ ਥੋੜ੍ਹਾ ਬਹੁਤ ਮਾਮੂਲੀ ਵਾਧਾ ਘਾਟਾ ਹਰ ਬੰਦੇ ਕੋਲ ਸਰਦਾਤ ਹੋ ਜਾਂਦਾ। ਬਿਲਕੁਲ ਸਹੀ। ਮਾਮੂਲੀ ਵਾਧਾ ਘਾਟਾ ਜੇ ਆਖੀਏ ਨਾ ਜੀ, ਪੂਰੀ ਦੁਨੀਆ ਖੁਦਾ 'ਤੇ ਵੀ ਨਹੀਂ ਰਾਜ਼ੀ ਹੁੰਦੀ ਤਾਂ ਬੰਦੇ 'ਤੇ ਕਿੱਕਣ ਰਾਜ਼ੀ ਹੋ ਸਕਦੀ? ਸਹੀ ਸਹੀ ਸਹੀ। ਲੇਕਿਨ ਹਕੀਕਤ 'ਚ ਉਹਨਾਂ ਦੀ ਬਿਹਤਰੀ ਦੀ ਚਾਂਸ ਹੈ, ਆ ਜਿਹੜਾ ਹੁਣ ਹਾਲ ਹੋ ਗਿਆ ਕੋਈ ਹਾਲ ਨਹੀਂ। ਸਹੀ। ਜੋ ਸਾਹਿਬ ਅਗਰ PP66 ਦੀ ਗੱਲ ਕੀਤੀ ਜਾਏ ਤਾਂ ਚੌਧਰੀ ਆਸਫ ਬਸ਼ੀਰ ਫਾਗਟ ਸਾਹਿਬ ਜਿਹੜੇ ਨੇ ਉਹ MPA ਵੀ ਰਹੇ ਨੇ, ਔਰ MPAਸ਼ਿਪ ਦੇ ਦੌਰ 'ਚ ਜਿਹੜੇ ਵੀ ਪੀਪਲਸ ਪਾਰਟੀ ਦੇ ਕੋਈ ਵੀ 70 ਤੋਂ ਲੈ ਕੇ ਹੁਣ ਤੱਕ ਉਮੀਦਵਾਰ ਇੱਧਰ ਆਏ ਨੇ, ਉਹਨਾਂ ਦੀ ਤੁਸੀਂ ਸਪੋਰਟ ਕੀਤੀ ਅਤੇ ਕੀ ਕੰਮ ਕੀਤਾ ਉਹਨਾਂ ਨੇ ਤਰੱਕਿਆਤੀ? ਸਾਡੇ ਲੋਕਲ ਸਤਾ ਦੇ ਉੱਤੇ ਬੱਚਿਆਂ ਬੱਚੀਆਂ ਦਾ ਕੋਈ ਜਗ੍ਹਾ ਨਹੀਂ ਸੀ। ਬਸ਼ੀਰ ਭਗਤ ਸਾਹਿਬ ਨੇ ਜਨਾਬ ਇੱਕ ਨੰਬਰ ਕਾਲਜ ਪਾਲਿਆ ਤੋਂ ਉਹਨਾਂ ਕਰਾਇਆ, ਜਿਹਦੇ ਨਾਲ ਸਾਡੇ ਬੱਚੇ ਜਿਹੜੇ ਨੇ ਨਾ ਉਹ ਉੱਥੇ ਪੜ੍ਹਨ ਲੱਗ ਪਏ। ਮਾਸ਼ਾਅੱਲਾ। ਸਹੀ।
ਉਸ ਤੋਂ ਪਹਿਲਾਂ ਕੋਈ ਇੱਥੇ ਵਜੂਦ ਨਹੀਂ ਸੀ ਕਿਸੇ ਸਕੂਲ ਸਕੂਲ ਆਏ ਲੇਕਿਨ ਕਾਲਜ ਦਾ ਵਜੂਦ ਨਹੀਂ ਸੀ ਸਹੀ ਸਹੀ ਹਾਂਜੀ ਯਾਨੀ ਕਿ ਪੀਪਲਸ ਪਾਰਟੀ ਦੇ ਦੌਰ ਵਿੱਚ ਇਹ ਕਾਲਜ ਜਿਹੜਾ ਬਣਿਆ ਜੇ ਦੌਰ ਜੇ ਬਸ਼ੀਰ ਭਗਤ ਸਾਹਿਬ ਨੇ ਬਣਵਾਇਆ ਸਹੀ ਸਹੀ ਆਸਫ ਸਾਹਿਬ ਨੇ ਕੀਤਾ ਆਸਫ ਸਾਹਿਬ ਨੇ ਇਹਨੇ ਕਾਲਜ ਬਣਵਾਇਆ ਨੇ ਜੀ ਹਾਂਜੀ ਬਸ਼ੀਰ ਸਾਹਿਬ ਦੇ ਬੇਟੇ ਨੇ ਸਹੀ ਜੀ ਹਾਂ ਬਿਲਕੁਲ ਠੀਕ ਹੈ ਇਸ ਤੋਂ ਇਲਾਵਾ ਅਗਰ ਹਾਸਲਾ ਵਾਲੇ ਦੀ ਗੱਲ ਕੀਤੀ ਜਾਏ ਤਾਂ ਹਾਸਲਾ ਵਾਲਾ ਗਾਉਂ ਦੇ ਵਿੱਚ ਉਹਨਾਂ ਨੇ ਕਿਹੜੇ ਤਰੱਕਿਆਤੀ ਕੰਮ ਕਰਵਾਏ ਨੇ ਸਰ ਆਸਣਾ ਵਾਲੇ ਗਾਉਂ ਵਿੱਚ ਨਹੀਂ ਪੂਰੇ ਸਾਰਿਆਂ ਪਿੰਡਾਂ ਵਿੱਚ ਵਕਤ ਦੇ ਨਾਲ ਜਿੰਨਾ ਜਿੰਨਾ ਇਹਨਾਂ ਕੋਲ ਇਸ਼ਾਰਾ ਲੱਭਦਾ ਯੂਨੀਅਨ ਕੌਂਸਲ ਵਿੱਚ ਹਰ ਪਿੰਡ 'ਚ ਲਵਾਉਂਦੇ ਨੇ ਜੀ 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 ਬਿਲਕੁਲ ਹਰ ਪਿੰਡ ਜਿਹੜੀ ਗਲੀਆਂ ਨਾਲੀਆਂ ਬਿਜਲੀ ਖੰਭੇ ਇਹ ਚੱਲਿਆ ਨਾ ਚੀਜ਼ ਇਹ ਕਿ ਜਿਹੜਾ ਬੰਦਾ ਅੱਗੇ ਝੂੰਦਾ ਉਹ ਆਪਣੇ ਕਿਰੇ ਵੱਲ ਚਲਾ ਰਹਿੰਦਾ ਦੂਜਾ ਬੰਦਾ ਜਿਹੜਾ ਪਿੱਛੇ ਰਹਿ ਜਾਂਦਾ ਸਹੀ 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 ਜੋ ਸਰ ਮੰਡੀ ਦੀ ਸਰਜ਼ਮੀਨ ਦੇ ਬਾਰੇ 'ਚ ਅਗਰ ਬਿਜ਼ਨਸ ਦੀ ਗੱਲ ਕੀਤੀ ਜਾਏ ਤਾਂ ਰਾਈਸ ਮਿੱਲਾਂ ਦਾ ਬੜਾ ਇੱਕ ਬੋਲ ਬਾਲਾ ਹੈ ਔਰ ਬਹੁਤ ਜ਼ਿਆਦਾ ਬਿਜ਼ਨਸ ਜਿਹੜਾ ਨਾ ਚਾਵਲ ਦੇ ਰਿਲੇਟਿਡ ਕੀਤਾ ਜਾਂਦਾ ਹੈ ਚਾਵਲ ਦੀ ਕਾਸ਼ਤਕਾਰੀ ਔਰ ਇਹਦੀ ਪੈਦਾਵਾਰ ਔਰ ਨਾਲ ਹੀ ਨਾਲ ਇਹਦੇ ਐਕਸਪੈਂਸਿਸ 'ਤੇ ਤੁਸੀਂ ਕੀ ਗੱਲ ਕਰੋਗੇ ਸਰ ਇਹਦੇ ਚੱਲਦੇ ਕਿ ਬਹੁਤ ਅੱਛਾ ਕਾਰੋਬਾਰ ਹੈ ਬੜਾ ਅੱਛਾ ਬਿਜ਼ਨਸ ਹੈ ਲੇਕਿਨ ਪਹਿਲੇ ਨੰਬਰ 'ਤੇ ਤਾਂ ਜ਼ਿਮੀਦਾਰ ਜਿਹੜਾ ਨਾ ਉਹ ਸਹੀ ਬੀਜੇ ਸਹੀ ਜਿਨਸ ਬੀਜੇ ਸਹੀ ਜਿਨਸ ਨੂੰ ਅਲੱਗਾ ਵੇਚੇ ਬਿਲਕੁਲ ਸਹੀ ਹਾਂ ਫਿਰ ਅੱਗੇ ਜਨਾਬ ਜਿਹੜੇ ਕਾਰੋਬਾਰੀ ਨੇ ਇਹਨਾਂ ਨੂੰ ਵੀ ਖੁਦਾ ਦੀ ਜ਼ਾਤ ਇਮਾਨ ਦੇਵੇ ਇਹ ਵੀ ਖੁਦਾ ਦੀ ਜ਼ਾਤ ਦੀ ਮਿਹਰਬਾਨੀ ਨਾਲ ਆਪਣੇ ਹੱਕ 'ਚ ਰਹਿਣ ਅਤੇ ਅੱਛਾ ਬਿਜ਼ਨਸ ਕਰਨ ਪਾਕ ਸਾਫ਼ ਕਰਨ ਬਿਲਕੁਲ ਸਹੀ ਲੇਕਿਨ ਅਗਲੀ ਗੱਲ ਖੁਦਾ ਕੋਲ ਜੀ ਕੋਲ ਕੀ ਕਰਦਾ ਕੀ ਨਹੀਂ ਕਰਦਾ ਬਿਲਕੁਲ ਸਹੀ ਇਦਨਾਨ ਰਾਈਸ ਮਿੱਲ ਦਾ ਨਾਮ ਤੁਸੀਂ ਇਦਨਾਨ ਰਾਈਸ ਮਿੱਲ 'ਤੇ ਰੱਖਿਆ ਅਤੇ ਇਸ ਮਿੱਲ ਦਾ ਨਾਮ ਇਦਨਾਨ ਕਿਸ ਤਰ੍ਹਾਂ ਤੁਹਾਡੇ ਮਾਇੰਡ 'ਚ ਇਦਨਾਨ ਇਸ ਤਰ੍ਹਾਂ ਆਇਆ ਜੀ ਸਨ 98 ਵਿੱਚ ਮੈਨੂੰ ਅੱਲਾਹ ਪਾਕ ਨੇ ਇੱਕ ਬੱਚਾ ਦਿੱਤਾ ਸੀ ਭਾਈ ਕੋਲ ਉਹਦੀ ਡੈਥ ਹੋ ਗਈ ਸੀ ਸੈਲਰ ਬਣਾਉਂਦੇ ਹੀ ਸਹੀ ਸਹੀ ਉਹ ਸੈਲਰ ਬਣਾਉਂਦੇ ਹਾਲਾਂਕਿ ਪਹਿਲਾਂ ਇਤਿਹਾਦ ਰਾਈਸ ਮਿੱਲ ਦੇ ਨਾਂ ਦੀਆਂ ਮੇਰੇ ਕੋਲ ਪਰਚੀਆਂ ਮੌਜੂਦ ਨੇ ਉਹਦੇ ਸਮਾਨ ਸਾਰਾ ਜਿੰਨਾ ਖਰੀਦਿਆ ਗਿਆ ਨਾ ਜੀ ਇਤਿਹਾਦ ਰਾਈਸ ਮਿੱਲ ਦੇ ਨਾਂ ਕੀ ਖਰੀਦਿਆ ਗਿਆ ਸਹੀ ਸਹੀ ਲੇਕਿਨ ਉਸ ਬੱਚੇ ਦੀ ਡੈਥ ਹੋਣ ਦੀ ਵਜ੍ਹਾ ਨਾਲ ਫਿਰ ਉਹਦਾ ਨਾਂ ਲਾ ਦਿੱਤਾ ਲਾਸਟ 'ਚ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਪੀਪਲਸ ਪਾਰਟੀ ਦੇ ਵਜੂਦ ਪੀਪਲਸ ਪਾਰਟੀ ਦੇ ਮੰਡੀ ਬਹਾਵਲਦੀਨ ਵਿੱਚ ਗ੍ਰਾਫ ਔਰ ਸਪੈਸ਼ਲੀ ਪੜ੍ਹੇ ਆਉਣ ਲਈ ਯੂਸੀ ਦੇ ਵਿੱਚ ਗ੍ਰਾਫ ਦੇ ਬਾਰੇ 'ਚ ਕੀ ਕਹੋਗੇ ਜੀ ਇਨਸ਼ਾਅੱਲਾ ਅੱਜ ਵੀ ਪੀਪਲ ਪਾਰਟੀ ਦੇ ਬਹੁਤ ਵੋਟ ਨੇ ਜੇ ਨਾ ਇਨਸਾਫੀ ਨਾ ਹੋਵੇ ਤਾਂ ਜੇ ਇਨਸਾਫ ਹੋਵੇ ਤਾਂ ਵੋਟ ਨੇ ਜੀ ਨਾ ਇਨਸਾਫੀ ਹੋਵੇ ਪਰਚੀ ਸਿਸਟਮ ਹੋਵੇ ਜਾਂ ਸਿਲੈਕਸ਼ਨ ਹੋਵੇ ਤਾਂ ਫਿਰ ਖੁਦਾ ਹੀ ਜਾਣਦਾ ਜੀ ਕੀ ਹੈ ਹਕੀਕਤ ਵਿੱਚ ਲੋਕਾਂ ਨੂੰ ਬੜਾ ਉਣਸ ਹੈ ਇਸ ਪਾਰਟੀ ਨਾਲ ਬਿਲਕੁਲ ਉਹਦੀ ਉਣਸ ਹੋਣ ਦੀ ਵਜ੍ਹਾ ਹੀ ਇਹ ਕਿ ਗਰੀਬ ਆਦਮੀ ਨੂੰ ਚੌਧਰੀ ਲੋਕ ਦੇ ਜਿਹੜੇ ਨੇ ਉੱਠਣ ਨਹੀਂ ਸੀ ਦਿੰਦੇ ਔਰ ਜੋ ਚਾਹੇ ਉਹਨਾਂ ਕੋਲ ਵਿਗਾਰ ਲੈਣ ਜੋ ਜਿਹੜਾ ਵੀ ਕੰਮ ਲੈਣ ਲੇਕਿਨ ਪੀਪਲ ਪਾਰਟੀ ਨੇ ਆਣ ਕੇ ਸਾਨੂੰ ਸਾਰਿਆਂ ਨੂੰ ਆਜ਼ਾਦ ਕੀਤਾ ਬਹੁਤ ਅੱਛੀ ਗੱਲ ਸਹੀ 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 ਜੀ ਤੋ ਨਾਸਰੀਨ ਇਹ ਸਨ ਚੌਧਰੀ ਮੁਹੰਮਦ ਜ਼ਮਾਨ ਗੋਰਸੀ ਸਾਹਿਬ ਦੀਆਂ ਗੱਲਾਂ ਜਿਹੜੀਆਂ ਤੁਸੀਂ ਸੁਣੀਆਂ ਔਰ ਬਿਜ਼ਨਸ ਦੇ ਇਤਬਾਰ ਨਾਲ ਮੰਡੀ ਬਹਾਵਲਦੀਨ ਵਿੱਚ ਕਾਸ਼ਤਕਾਰੀ ਦੇ ਇਤਬਾਰ ਨਾਲ ਔਰ ਹਰ ਲਿਹਾਜ਼ ਨਾਲ ਚਾਵਲ ਦੀ ਕਾਸ਼ਤ ਸਭ ਤੋਂ ਬਿਹਤਰ ਹੈ ਔਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੀਪਲਸ ਪਾਰਟੀ ਦਾ ਗ੍ਰਾਫ ਯੂਨੀਅਨ ਕੌਂਸਲ ਪਾੜਿਆਂ ਵਾਲੀ 'ਚ ਹਾਸਲਾ ਵਾਲਾ 'ਚ ਕਾਫੀ ਜਿਹੜਾ ਬਿਹਤਰ ਹੈ ਲੋਕ ਕਾਫੀ ਉਨਸ ਮੁਹੱਬਤ ਰੱਖਦੇ ਨੇ ਇਸ ਪਾਰਟੀ ਨਾਲ ਅਤੇ ਉਮੀਦ ਹੈ ਕਿ ਅਗਲਾ ਦੌਰ ਜਿਹੜਾ ਉਹ ਪੀਪਲਸ ਪਾਰਟੀ ਦਾ ਹੋਏਗਾ ਇਨਸ਼ਾਅੱਲਾ ਤੁਹਾਡੀ ਅਤੇ ਮੇਰੀ ਮੁਲਾਕਾਤ ਹੋਏਗੀ ਫਿਰ ਕਿਸੇ ਨਵੇਂ ਪ੍ਰੋਗਰਾਮ ਵਿੱਚ ਤਬ ਤੱਕ ਇਜਾਜ਼ਤ ਚਾਹੁੰਦੀ ਹਾਂ ਅੱਲਾ ਹਾਫਿਜ਼